ਸ੍ਰੀ ਅਕਾਲ ਜੀ ਸਾਰੇ ਜਣਿਆਂ ਨੂੰ। ਅੱਜ ਆਪਾਂ ਪਹੁੰਚੇ ਹਾਂ ਡੇਰੀ 'ਚ ਮਜੀਠੇ ਰੋਡ 'ਤੇ। 15 ਤੋਂ 16 ਮੱਝਾਂ ਕੁਛ ਝੂਟੀਆਂ ਵਾ, ਕੁਛ ਸੂਈਆਂ ਸਵਾਈਆਂ ਵਾ, ਸੇਲ ਵਾਲਾ ਹੀ ਕੰਮ ਹੋਣਾ। ਅਤੇ ਵੀਰ ਨਾਲ ਫੋਨ 'ਤੇ ਗੱਲ ਕਰਕੇ ਜਿਹੜੀ ਜਿਹੜੀ ਪਸੰਦ ਆ ਗਈ ਉਹ ਗੱਲ ਕਰ ਲਿਓ। ਭਿੰਡਰ ਡੇਰੀ ਫਾਰਮ 'ਤੇ ਵੀਡੀਓ ਫੁੱਲ ਚੜੂਗੀ ਅਤੇ ਭਿੰਡਰ ਫਾਰਮ 13-13 ਦੇ ਵਿੱਚ ਚੜੂਗੀ। ਵੀਰ ਜੀ ਮੋਬਾਈਲ ਨੰਬਰ ਬੋਲ ਦਿਓ ਆਪਣਾ। 97-97-75-83। ਕਿੰਨੇ ਦੁੱਧ ਵਾਲੀਆਂ ਵਾ ਝੂਟੀਆਂ? ਦੁੱਧ ਸਾਰੀਆਂ ਥੱਲੇ 14-15 ਕਿਲੋ। 14-15 ਕਿਲੋ ਘੱਟ ਨਹੀਂ। ਇੱਕ ਵਿੱਚ ਪਾਵਾਂਗੇ ਆਪਣੀ ਗੱਬਣ ਝੋਟੀ ਘਰ ਦੀ ਤਿਆਰ ਕੀਤੀ ਹੈ। ਅੱਛਾ, ਉਹ ਲਾਸਟ ਤੇ ਪਾਵਾਂਗੇ। ਤੇ ਇੱਕ ਬੂਰੀ ਝੋਟੀ ਦੀ ਆ? ਇੱਕ ਬੂਰੀ ਆ, ਉਹਦਾ ਸਿੰਗ ਚੈੱਕ ਕਰੋ। ਠੀਕ ਆ, ਖਲੋਣ ਦਾ ਤਰੀਕਾ ਚੈੱਕ ਕਰੋ। ਕਿੱਡੀ ਸ਼ਾਨਦਾਰ ਆ, ਆ ਵੇਖੋ ਜੀ ਝੋਟੀਆਂ ਆਪਾਂ ਇਦਾਂ ਵਿਖਾਲ ਦੇਣੀਆਂ, ਬਹੁਤ ਸ਼ਾਨਦਾਰ ਆ। ਤੇ ਬਾਕੀ ਵੀਰ ਨਾਲ ਫੋਨ ਤੇ ਗੱਲ ਕਰ ਲਿਓ। ਐ ਸੋਹਣੀਆਂ ਨਾੜਾਂ ਨੂੜਾਂ ਪਿੰਡੇ ਦੇ ਵੇਖੋ, ਸੋਹਣੀਆਂ ਸੁਨੱਖੀਆਂ ਵਾ। ਮੰਡੀ ਲੱਗੀ, ਮੰਡੀ ਸਮਝ ਲਓ ਲੱਗੀ ਆ। ਤੇ ਵੀਰ ਕੋ ਬਾਕੀ ਫੋਨ ਤੇ ਡਿਟੇਲ ਸਾਰੀ ਲੈ ਲਿਓ। ਆਪਾਂ ਝਾਤੀ ਮਰਵਾਉਣ ਡੇ ਆ, ਝੋਟੀ ਚੜ੍ਹਦੀ ਤੋਂ ਚੜ੍ਹਦੀ। ਆ ਵੇਖੋ ਜੀ ਕੀ ਪਹਿਲਣ ਝੋਟੀ ਆ। ਦੁੱਧ ਕਿੰਨਾ ਵੀਰ? ਦੁੱਧ 12-13। ਅੱਛਾ, 12-13 ਕਿਲੋ ਪਹਿਲਣ ਝੋਟੀ ਹੈ। ਦੰਦਾਂ ਜਾਂ ਕਿੱਦਾਂ? ਠੀਕ ਆ। ਆ ਦੂਜੇ ਨੰਬਰ ਤੇ ਦੁੱਧ ਕਿੰਨਾ ਕਹੂ? 13-14 ਕਿਲੋ ਦੁੱਧ। 13-14 ਕਿਲੋ ਤੇ ਸੂਆ? ਤੀਜਾ ਸੂਈ ਸਵਾਈ ਆ। ਅੱਛਾ ਨੀਲੀ, ਕਿੰਨੇ ਕੁ ਟਾਈਮ ਦੀ ਹੋਈ ਸੂਈ? 15 ਦਿਨਾਂ ਦੀ। ਅੱਛਾ, 15 ਦਿਨ। ਦੁੱਧ ਕਿੰਨਾ ਤਿਆਰ ਆ? ਦੁੱਧ ਹੋਊਗਾ ਇਹਦੇ ਲਈ 14 ਕਿਲੋ। ਤੇ ਆ ਬੂਰੀ ਝੋਟੀ? ਇਹ ਗੱਬਣ। ਕਿੰਨਵਾ ਸੂਆ ਵੀਰ? ਤੀਜਾ ਹੋਊਗਾ। ਅੱਛਾ, ਤੀਜਾ ਸੂਆ। ਤੇ ਦੁੱਧ ਦਾ ਕੀ ਰਿਕਾਰਡ ਰਿਹਾ? ਪਿਛਲੇ ਸੂਏ ਦੇ ਕਹਿੰਦੇ ਸੀ ਕਿ 12 ਕਿਲੋ ਦੁੱਧ ਚੋਇਆ ਸੀ। ਅੱਛਾ, 12 ਕਿਲੋ ਚੋਇਆ। ਐਲ ਕੇ ਕਿੰਨਾ ਚੋਆ ਜੂ? ਐਜੀ ਦੇ ਖਰਾਕ ਤੇ ਯਾਰ ਜੀ, ਖਰਾਕ ਤੇ 14-15 ਕਿਲੋ ਦੇ ਚੋਇਆ ਸੀ। 16 ਕਿਲੋ ਤੇ ਲਿਆ। ਤੇ ਤਿਆਂ ਵਾਲੀ ਬੂਰੀ ਆ, ਤਿਆਂ ਵਾਲੀ ਬੂਰੀ। ਤੇ ਟਾਈਮ ਕਿੰਨਾ ਕਰਿਆ ਜੂ? ਇਹਨੇ ਲਾਏ ਨੇ 15 ਦਿਨ। ਅੱਛਾ, 15 ਦਿਨ ਲੈ ਜਾਣੇ ਆ। ਤੇ ਬਾਕੀ ਇੱਧਰ ਵੀ ਝੋਟੀਆਂ ਚੜ੍ਹਦੀ ਤੋਂ ਚੜ੍ਹਦੀ ਆ। ਹੋਰ ਕਿਉਂ ਨਾ ਮਾਰੀ? ਆ ਵੇਖੋ ਜੀ ਪੂਰੀ ਸ਼ਾਨਦਾਰ ਆ ਝੋਟੀ। ਤੇ ਸੂਆ ਕਿੰਨਾ ਵੀਰ ਇਹਦਾ? ਦੂਜਾ ਸੂਆ। ਤੇ ਦੁੱਧ ਕਿੰਨਾ ਵਾ? ਅੱਛਾ, ਦੁੱਧ 15। ਤੇ ਕਿੰਨੇ ਕੁ ਦਿਨਾਂ ਦੀ ਸੂਈ ਆ? 15-20 ਦਿਨਾਂ ਦੀ। ਅੱਛਾ, 15-20 ਦਿਨਾਂ ਤੋਂ ਸੂਈ ਆ। ਤੇ ਪਿੱਠ ਪੁੜਾ ਵੇਖੋ, ਚੰਗੀ ਤਗੜੀ ਆ। ਪਿੱਛੇ ਕੱਟੀ ਕੱਟਾ ਵਾ? ਅੱਛਾ, ਬੱਚਾ ਹੈ ਨਹੀਂ ਆ? ਤੇ ਹੁਣ ਮਿਲਦੀ ਕਿੱਦਾਂ ਵਾ? ਟੀਕੇ ਤੇ ਲੱਤ ਨਹੀਂ ਚੁੱਕਦੀ ਮਾੜੀ ਜਿੰਨੀ। ਅੱਛਾ, ਟੀਕੇ ਤੇ ਦੋ ਟਾਈਮ ਹੀ ਟੀਕੇ ਤੇ? ਤੇ ਮੁੱਲ ਕਿੰਨਾ ਕਿ ਇਹਦਾ? ਕਿੰਨਾ ਕ? ਅੱਛਾ, ਆਈਡੀਆ ਲੱਖੋਂ ਬਾਹਰ ਜਾਣੀ ਆ ਕਿੱਦਾਂ ਵਾ? ਅੱਛਾ, ਲੱਖੋਂ ਬਾਹਰ ਹੀ ਜਾਣੀ ਆ। ਠੀਕ ਆ। ਤੇ ਆਹ ਦੂਜੇ ਆਹ ਜਿਹੜੀ ਆ ਜੀ? ਤੇ ਦੁੱਧ ਕਿੰਨਾ? ਦੁੱਧ ਇਹਦੇ ਥੱਲੇ ਰਿਕਾਰਡ ਇਹਦਾ 15 ਕਿਲੋ ਦਾ। ਅੱਛਾ, 15 ਕਿਲੋ ਦਾ। ਤੇ ਕਿੰਨੇ ਦਿਨਾਂ ਦੀ ਸੂਈ ਆ? ਇਹ 15 ਦਿਨਾਂ ਦੀ ਸੂਈ ਆ। ਤੇ ਬੱਚਾ ਰਹਿਣ ਦੇ ਵੀਰੇ? ਬੱਚੀ ਰਹਿਣ ਦੇ? ਬੱਚਾ ਨਹੀਂ ਹੈਗਾ। ਅੱਛਾ, ਬੱਚਾ ਇਹਦਾ ਵੀ ਨਹੀਂ ਹੈਗਾ ਇਹਦਾ ਜੀ? ਇਹਦਾ ਵੀ 14-15 ਕਿਲੋ ਬੱਚਾ ਨਹੀਂ ਹੈਗਾ। ਇਹਦਾ ਵੀ ਬੱਚਾ ਹੈ ਨਹੀਂ ਆ। ਤੇ ਦੁੱਧ 13-14 ਲੀਟਰ? 14 ਕਿਲੋ ਪੱਕਾ। ਇੱਕ ਆਹ ਵੇਖੋ ਮੱਝ ਨੀਲੀ, ਆ ਨੀਲੀ ਦੀ। ਇਹਦਾ ਬੱਚਾ ਹੈਗਾ ਵਾ? ਨਹੀਂ ਇਹਦਾ। ਅੱਛਾ, ਅੱਜ ਬਿਨਾ ਬੱਚੇ ਤੋਂ ਹੀ ਆ? ਸ਼ਕੀਨ ਆ ਜੀ ਝੋਟੀ ਪੂਰਾ ਤਾਰਾ ਵੇਖੋ, ਭਲਵਾਨਾ ਵਾਲਾ ਪੂਰਾ।
ਇਹਦਾ ਬੱਚਾ? ਅੱਛਾ ਇਹਦਾ ਬੱਚਾ ਵੀ ਨਹੀਂ ਹੈਗਾ ਤੇ ਦੁੱਧ ਕਿੰਨਾ ਵਾ? 14-15 ਕਿਲੋ ਦੁੱਧ ਇਹਦੇ ਥੱਲੇ ਵੀ ਆ। ਤੇ ਬਾਕੀ ਜਿਹੜੀ ਡਿਟੇਲ ਫੋਨ ਤੇ ਮੰਨ ਲਓ ਵੀ ਮੁੱਲ ਵੀਰਾਂ ਦਾ ਵੀ ਕਰਨੇ ਆ ਬਾਅਦ ਚ, ਆਪਾਂ ਦੂਸਰੀਆਂ ਵਿਖਾ ਦਿੰਦੇ ਹਾਂ, ਕਿਹੜਾ ਝਾਤੀ ਮਰਵਾ ਦਿੰਦੇ ਹਾਂ। ਸੋਹਣੀ ਆ ਝੋਟੀ ਜਿੰਨੀ ਵੀ ਆ, ਬਾਕੀ ਆਪਾਂ ਦੂਸਰੀਆਂ ਵਿਖਾ ਦਿੰਦੇ ਹਾਂ। ਜਿਹੜੀ ਵੀਰ ਨੂੰ ਸੋਹਣੀ ਲੱਗਦੀ ਉਹ ਖੋਲ ਕੇ ਵਿਖਾ ਦਿੰਦਾ ਵਾ। ਇਹਦਾ ਵੀਰ ਕਿੰਨਾ ਕ ਬੋਲਾ ਬੁੜਾ? 8 ਕਿਲੋ ਚੋਇਆ। ਮੋਬਾਈਲ ਨੰਬਰ ਵੀਰ ਫੇਰ ਬੋਲ ਦੀ, 97-97-75-83। ਠੀਕ ਆ ਜੀ, ਬਹੁਤ ਹੀ ਸ਼ਾਨਦਾਰ ਆ ਸਾਰੀਆਂ ਹੀ। ਬਾਕੀ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ, ਡਿਟੇਲ ਵੀਰ ਕੋ ਕੱਲੀ ਕੱਲੀ ਜਿਹੜੀ ਪਸੰਦ ਆਵੇ ਵੀਰ ਕੋ। ਬਾਕੀ ਹਰ ਵੇਲੇ ਡੰਗਰ ਵੀ ਰਹਿੰਦੇ ਆ, ਮਤਲਬ ਮੰਡੀ ਵਾਲਾ ਹੀ ਕੰਮ ਆ, ਡੇਅਰੀ ਵਾਲਾ ਵਾ, ਆਹ ਵੇਖ ਲਓ ਵੀ ਡੇਅਰੀ ਦਾ ਨਹੀਂ ਜਿੱਦਾਂ ਕੰਮ। ਅਤੇ ਮਜੀਠੇ ਮਤਲਬ ਰੋਡ ਦੇ ਨਾਲ ਹੀ, ਮਤਲਬ ਵੀ ਆਪਾਂ ਜਿਹੜੇ ਮੇਨ ਹਾਈਵੇ ਨਹੀਂ ਆ ਉਹਦੇ ਨਾਲ ਹੀ ਆ ਵੀਰ ਦਾ ਐਡਰੈਸ। ਬਾਕੀ ਫੋਨ 'ਤੇ ਗੱਲਬਾਤ ਸਾਰੀ ਕਰ ਲਿਓ। ਅਤੇ ਇਹ ਨਹੀਂ ਆ ਵੀਰ ਕੋ, ਆਹ ਸਾਰੀਆਂ ਘਰ ਦੇ ਵੀ ਆ ਡੰਗਰ ਕੁਛ ਰੱਖੇ ਆ, ਅਤੇ ਨਾਲ ਵੀਰ ਵਪਾਰ ਵੀ।